ਹਾਂਜੀ ਵੈਲਕਮ ਜੀ ਆਪ ਸੌਦਾ ਪੰਜਾਬੀ ਵਿੱਚ ਚੈਨਲ ਦੇ ਉੱਤੇ ਸਭ ਵੀਰਾਂ ਭੈਣਾਂ ਦਾ ਵੀਰਗਾ ਦਾ ਬਹੁਤ ਬਹੁਤ ਸਵਾਗਤ ਆ ਜੀ ਲੈ ਕੇ ਹਾਜ਼ਰਾਂ 6 ਫਰਵਰੀ ਦੀਆਂ ਨਵੀਆਂ ਤਾਜ਼ੀਆਂ ਅਪਡੇਟਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਦੇਖਣ ਦੇਖੋ ਪੂਰੀ ਜਰੂਰ ਸੁਣੀਓ ਤਾਂ ਕਿ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਪਤਾ ਲੱਗ ਜਵੇ ਤੇ ਜਿਹੜੇ ਆਪਣੇ ਚੈਨਲ ਤੇ ਵੀਰ ਪਹਿਲੀ ਵਾਰ ਆਉਂਦੇ ਆ ਉਹਨਾਂ ਨੂੰ ਛੋਟੀ ਜਿਹੀ ਰਿਕਵੈਸਟ ਉਸ ਚੈਨਲ ਨੂੰ ਵੀਰ ਸਬਸਕ੍ਰਾਈਬ ਜਰੂਰ ਕਰ ਜਿਓ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਨਾਲ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਤੁਹਾਨੂੰ ਵੀਡੀਓ ਨੋਟੀਫਿਕੇਸ਼ਨ ਜਿਹੜੀ ਹੈ ਜੀ ਉਹ ਮਿਲ ਜਿਆ ਇਟਲੀ ਦੇ ਵਿੱਚ ਅੱਜ 77000 ਨਵੇਂ ਜਿਹੜਾ ਕੇਸ ਨਵਾਂ ਆਇਆ ਕੱਲ 93000 ਕੇਸ ਆਇਆ ਸੀ ਇਸ ਤੋਂ ਇਲਾਵਾ ਅੱਜ 229 ਲੋਕਾਂ ਦੀ ਜਾਨ ਵੀ ਗਈ ਹੈ ਤੇ ਜੇਕਰ ਗੱਲ ਕਰੀਏ ਆਪਾਂ ਸਿਸਟੇਮਾ ਸੈਨੀਟਾਰੀਓ ਦੀ ਤੇ ਪਿਛਲੇ 24 ਘੰਟੇ ਦੇ ਵਿੱਚ 134000 ਬੰਦਾ ਠੀਕ ਵੀ ਹੋਇਆ ਇਸ ਤੋਂ ਇਲਾਵਾ ਟੰਪੂਨੀ ਜਿਹੜੇ ਹੈ ਜੀ ਟੈਸਟ ਜਿਹੜੇ 686000 686000 ਟੈਸਟ ਜਿਹੜਾ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਵਿੱਚ ਇਸ ਤੋਂ ਲਵੋਲੂੰਬਾਰ ਦੀਆਂ 8000 ਬੇਨੂਤ ਵਿੱਚ 7000 ਮੀਰੋਮਾਨੀਆ ਵਿੱਚ 7000 ਕੰਪਾਨੀਆਂ ਵਿੱਚ 7000 ਲਾਤਸਿਓ ਦੇ ਵਿੱਚ 8000 ਪੈਮੋਂਤੇ ਵਿੱਚ 3000 ਤੁਸਕਰਨ ਵਿੱਚ 5000 ਸੇਚੀਲੀਆ ਵਿੱਚ 5000 ਪੂਲੀਆ ਵਿੱਚ 5000 ਲਿਗੂਰੀਆ ਵਿੱਚ 1000 ਮਾਰਕੇ ਵਿੱਚ 2500 ਜੁਲੀਆ ਦੇ ਵਿੱਚ 1500 ਬਰੂਸੋ ਵਿੱਚ 2000 ਕਲਾਵਰੀਆ ਵਿੱਚ 1800 ਬੂਤਸਾਨੋ 870 ਉਮਰੀਆ ਵਿੱਚ 1300 ਸਰਦੇਨੀਆ ਵਿੱਚ 2800 ਤ੍ਰਿੰਟੋ ਦੇ ਵਿੱਚ 657 ਬਾਜ਼ਿਲੀਗਾਟਾ ਵਿੱਚ 798 ਮੋਰੀਜ਼ੇ 364 ਤੇ ਵਲਡੋਸਟੋ ਵਿੱਚ 123 ਨਵੇਂ ਆਏ ਇਹ ਤਾਂ ਹੈਗੇ ਆ ਜੀ ਆਪਣੀ ਅੱਜ ਦੀ ਗਿਣਤੀ ਇਸ ਤੋਂ ਬਾਅਦ ਚਲਦੇ ਆਪਾਂ ਹੁਣ ਹੋ ਅਗਲੀਆਂ ਅਪਡੇਟਸ ਦੇ ਵੱਲ ਅਗਲੀ ਜਿਹੜੀ ਆਪਣੀ ਵੱਡੀ ਅਪਡੇਟ ਆ ਰਹੀ ਹੈ ਜੀ ਉਹ ਹੈਗੀ ਆ ਗ੍ਰੀਨ ਪਾਸ ਨੂੰ ਲੈ ਕੇ ਵੈਕਸੀਨ ਨੂੰ ਲੈ ਕੇ ਸਕੂਲਾਂ ਨੂੰ ਲੈ ਕੇ ਤੇ ਕੁਆਰੰਟਾਈਨ ਦਾ ਜਿਹੜਾ ਟਾਈਮ ਪੀਰੀਅਡ ਹੈ ਇਹਨੂੰ ਲੈ ਕੇ ਕੱਲੋਂ ਵੀਰੋ 7 ਫਰਵਰੀ ਹੈ ਤੇ ਕੱਲ ਤੋਂ ਕੁਝ ਨਵੇਂ ਜਿਹੜੇ ਰੂਲ ਆ ਜੀ ਉਹ ਜਿਹੜੇ ਲੱਗਣੇ ਇਟਲੀ ਵਿੱਚ ਜਿਹੜੇ ਆ ਸਟਾਰਟ ਹੋਣ ਜਾ ਰਹੇ ਆ ਵੀਰੋ ਤੁਹਾਨੂੰ ਦੱਸ ਦਈਏ ਜੀ ਕੱਲੋਂ 7 ਤਰੀਕ ਹੈ ਤੇ ਕੱਲੋਂ ਇਟਲੀ ਵਾਸਤੇ ਕੀ ਡਾ ਕਹਿ ਸਕਦੇ ਆਪਾਂ ਵੱਡਾ ਦੇਣੇ ਆ ਕਿਉਂਕਿ ਕੱਲੋਂ ਕਈ ਐਸੇ ਕਾਨੂੰਨ ਜਿਹੜੇ ਲਾ ਇੱਕ ਉਮੀਦ ਦੀ ਕਿਰਨ ਆ ਵੀ ਇਟਲੀ ਜਿਹੜਾ ਆ ਇਸ ਬਿਮਾਰੀ ਤੋਂ ਬਾਹਰ ਨਿਕਲਣ ਦੀ ਜਿਹੜੀ ਆ ਪਹਿਲੀ ਕੋਸ਼ਿਸ਼ ਜਿਹੜੀ ਕਲੀਨਿਕਾਂ ਨੂੰ ਕਰਨੀ ਆ ਸੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਹੈਗਾ ਜੀ ਗ੍ਰੀਨ ਪਾਸ ਗ੍ਰੀਨ ਪਾਸ ਦੇ ਬਾਰੇ ਨਵੀਂ ਇਨਫੋਰਮੇਸ਼ਨ ਜਿਹੜੀ ਆਈ ਹੈ ਉਹਦੇ ਹਿਸਾਬ ਦੇ ਨਾਲ ਜਿਹੜੀ ਕੱਲ ਤੋਂ 7 ਤਰੀਕ ਹੈ ਤੇ ਕੱਲ ਤੋਂ ਗ੍ਰੀਨ ਪਾਸ ਦੀ ਜਿਹੜੀ ਸਕਾ ਦੇਨਸਾ ਜਿਹੜੀ ਹੈ ਜੀ ਜਿਹਨਾਂ ਲੋਕਾਂ ਦੇ ਤੀਜੀ ਡੋਜ਼ ਲੱਗੀ ਹੋਵੇ ਹੁਣ ਉਹਨਾਂ ਦੀ ਕੋਈ ਵੀ ਸਕਾ ਦੇਨਸਾ ਜਿਹੜੀ ਨਹੀਂ ਹੋਣੀ ਕੋਈ ਵੀ ਜਿਹੜੀ ਆ ਇਸ ਵਕਤ ਉਹਨੂੰ ਹੋਰ ਅੱਗੇ ਗ੍ਰੀਨ ਪਾਸ ਜਿਹੜਾ ਉਹਨੂੰ ਮਿਲਿਆ ਹੈ ਤੇ ਜੀ ਡੋਜ਼ ਲਗਵਾ ਕੇ ਉਸ ਤੋਂ ਬਾਅਦ ਉਹਨ ਉਹਦੀ ਜਿਹੜੀ ਸਕੈਡੈਂਸ ਆ ਦੀ ਐਕਸਪਾਇਰੀ ਆ ਉਹ ਅਨਲਿਮਿਟਿਡ ਹੋ ਜਾਣੀ ਆ ਇਸ ਤੋਂ ਇਲਾਵਾ ਜਿਹੜੇ ਲੋਕ ਠੀਕ ਹੋਏ ਜਿਨ੍ਹਾਂ ਦੇ 2 ਡੋਜ਼ਿਸ ਲੱਗੀਆਂ ਹੋਈਆਂ ਆ ਤੇ 2 ਡੋਜ਼ਿਸ ਲਗਵਾ ਕੇ ਉਹਨਾਂ ਨੂੰ ਕੋਵਿਡ ਹੋ ਗਿਆ ਉਸ ਤੋਂ ਬਾਅਦ ਉਹ 네ਗਟਿਵ ਆਇਆ ਹੈ ਤੇ ਫਿਰ ਉਹਨਾਂ ਨੂੰ ਤੀਜੀ ਡੋਜ਼ ਲਗਵਾਉਣ ਦੀ ਲੋੜ ਨਹੀਂ ਹੈਗੀ ਤੇ ਉਹਨਾਂ ਦਾ ਵੀ ਜਿਹੜਾ ਗ੍ਰੀਨ ਪਾਸ ਹੈ ਉਹ ਵੀ ਅਨਲਿਮਿਟਿਡ ਹੋ ਜਿਹੜਾ ਕਰ ਦਿੱਤਾ ਜਾਣਾ ਇਸ ਤੋਂ ਇਲਾਵਾ ਜਿਨ੍ਹਾਂ ਦੇ 2 ਡੋਜ਼ਿਸ ਲੱਗੀਆਂ ਹੋਈਆਂ ਆ ਜੀ ਉਹਨਾਂ ਦਾ ਜਿਹੜਾ ਗ੍ਰੀਨ ਪਾਸ ਹੈ ਉਹਦੀ ਜਿਹੜੀ ਵੈਲਿਡਿਟੀ ਆ ਉਹ ਵੀ ਜਿਹੜੇ 6 ਮਹੀਨਿਆਂ ਦੀ ਜਿਹੜੀ ਆ ਕਰ ਦਿੱਤੀ ਜਾਵੇਗੀ ਇਸ ਤੋਂ ਲਾਵਾ ਜਿਹੜਾ ਗ੍ਰੀਨ ਪਾਸ ਜਿਹੜਾ ਬੇਸ ਵਰਜ਼ਨ ਹੈ ਜੀ ਉਹਦਾ ਜੇਕਰ ਤੁਸੀਂ ਆਪਣਾ ਟੈਸਟ ਕਰਾਉਣਾ ਹੈ ਤਾਂ ਪੂਨੇ ਕਰਾਦੇ ਆ ਤੁਸੀਂ ਆਪਣਾ ਜਿਹੜਾ ਅੰਤਿ ਜੈਨਿਕੋ ਹੁੰਦਾ ਉਹ ਤੁਹਾਨੂੰ 48 ਘੰਟੇ ਦੇ ਵਾਸਤੇ ਵੈਲਿਡ ਰਹੇਗਾ ਜੇਕਰ ਤੁਸੀਂ ਮੋਲੀਕੂਲ ਆਰੇ ਆਪਣਾ ਟੈਸਟ ਕਰਾਉਣਾ ਹੈ ਤੇ ਉਹ ਜਿਹੜਾ 72 ਘੰਟੇ ਲਈ ਤੁਹਾਡਾ ਜਿਹੜਾ ਵੈਲਿਡ ਰਹੇਗਾ ਜਿਹੜਾ ਗ੍ਰੀਨ ਪਾਸ ਬਾਜ਼ੇ ਆ ਜੀ ਤੁਸੀਂ ਇਹਦੇ ਨਾਲ ਦੁਕਾਨਾਂ ਦੇ ਵਿੱਚ ਐਂਟਰ ਹੋ ਸਕਦੇ ਆ ਤੇ ਬਾਕੀ ਜਿਹੜੇ ਐਲੀਮੈਂਟਰੀ ਸਟੋਰ ਆ ਫਾਰਮੇਸੀਸ ਆ ਉਹ ਜਿੱਥੇ ਪੈਟਰੋਲ ਪੰਪ ਆ ਇਹਨਾਂ ਦੇ ਉੱਤੇ ਤੁਹਾਨੂੰ ਜਿਹੜਾ ਆ ਜੀ ਕੋਈ ਵੀ ਗ੍ਰੀਨ ਪਾਸ ਦੀ ਲੋੜ ਨਹੀਂ ਹੈਣੀਗੀ ਤੁਹਾਡੇ ਕੋਈ ਗ੍ਰੀਨ ਪਾਸ ਹੈ ਜਾਂ ਨਹੀਂ ਕੋਈ ਮਤਲਬ ਨਹੀਂ ਤੁਸੀਂ ਬਿਨਾਂ ਗ੍ਰੀਨ ਪਾਸ ਤੋਂ ਐਂਟਰ ਹੋ ਸਕਦੇ ਆ ਇਸ ਤੋਂ ਇਲਾਵਾ ਜਿਹੜੇ ਗ੍ਰੀਨ ਪਾਸ ਬਾਜ਼ੇ ਆ ਜੇਕਰ ਤੁਸੀਂ ਕੰਮ ਤੇ ਜਾਣਾ ਹੈ ਤੇ ਤੁਹਾਨੂੰ ਜਿਹੜਾ ਆ ਲੋਡ ਪੈਣੀ ਆ ਸੁਪਰ ਗ੍ਰੀਨ ਪਾਸ ਦੀ ਜਿਹੜੇ ਕਿ ਸਿਰਫ ਵੈਕਸੀਨ ਦੇ ਨਾਲ ਹੀ ਮਿਲਦਾ ਆ ਇਸ ਤੋਂ ਇਲਾਵਾ ਜਿਹੜਿਆਂ ਦੀ ਉਮਰ 50 ਸਾਲ ਤੋਂ ਉੱਤੇ ਆ ਜਿਨ੍ਹਾਂ ਦੇ ਵਾਸਤੇ ਇੱਕ ਤਰੀਕ ਤੋਂ ਰੂਲ ਜਿਹੜਾ ਲਾਗੂ ਹੋ ਚੁੱਕਾ ਆ ਮੀ ਉਹਨਾਂ ਦੀ ਵੈਕਸੀਨ ਜਿਹੜਾ ਜ਼ਰੂਰੀ ਕਰ ਦਿੱਤਾ ਗਿਆ ਆ ਤੇ ਇੱਕ ਡੋਜ਼ ਹੀ ਕਾਫੀ ਉਹਨਾਂ ਦੇ ਵਾਸਤੇ ਜੇ ਕਿ ਜੀ ਤੁਸੀਂ ਇੱਕ ਡੋਜ਼ ਵੀ ਆਪਣੇ ਲਗਵਾ ਲਈ ਹੈ ਤੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ 50 ਸਾਲ ਤੋਂ ਉੱਤੇ ਆ ਤੁਸੀਂ ਆਪਣੇ ਕੰਮ ਤੇ ਜਾ ਸਕਦੇ ਆ ਸਿਰਫ ਇਹ ਰੂਲ ਜਿਹੜਾ ਹੈ 50 ਸਾਲ ਤੋਂ ਉੱਤੇ ਵਾਲਿਆਂ ਲਈ ਆ ਉਹਨਾਂ ਤੋਂ ਥੱਲੇ ਵਾਲਿਆਂ ਲਈ ਨਹੀਂਗਾ ਜੇਕਰ ਤੁਸੀਂ ਜਿਹੜੀ ਉਮਰ 50 ਸਾਲ ਤੋਂ ਉੱਤੇ ਹੈ ਜੀ ਫਿਰ ਤੁਹਾਨੂੰ ਜਿਹੜਾ ਤੁਸੀਂ ਜਿੱਕਰ ਕੰਮ ਤੇ ਆਪਣੇ ਜਾਣਾ ਹੈ ਉਹਦੇ ਵਾਸਤੇ ਤੁਹਾਨੂੰ ਵੈਕਸੀਨ ਲਗਵਾਣਾ ਤੁਹਾਡੇ ਜ਼ਰੂਰੀ ਆ ਤਾਂ ਪਉਣੇ ਤੁਹਾਡੇ ਨਹੀਂ ਚੱਲਣੇ ਇਸ ਤੋਂ ਲੱਗਦਾ ਜਿਹੜਾ ਸੁਪਰ ਗ੍ਰੀਨ ਪਾਸ ਆ ਉਹ ਜਿਹੜਾ ਜੀ ਕੱਲ ਤੋਂ ਨੇਸੈਸਰੀ ਕਰ ਦਿੱਤਾ ਜਿਹੜਾ ਯਾਨੀ ਕਿ Obligatory ਹੋ ਜੇ ਤੁਸੀਂ ਕੱਲ ਤੋਂ ਕਿਸ ਰੈਸਟੋਰੈਂਟ ਵਿੱਚ ਜਾਣਾ ਜਾਂ ਤੁਸੀਂ ਕਿਸੇ ਬਾਰ ਦੇ ਵਿੱਚ ਜਾਣਾ ਜਿਹੜੀ ਕਿ ਬੰਦ ਜਾਂ ਖੁੱਲੇ ਦੇ ਵਿੱਚ ਵੀ ਹੋਵੇ ਤੁਸੀਂ ਕਿਸੇ ਸਪੋਰਟ ਐਕਟੀਵਿਟੀ ਕਰਨੀ ਹੈ ਜਾਂ ਫਿਰ ਤੁਸੀਂ ਕਿਸੇ ਸਿਨੇਮਾ ਥੀਏਟਰ ਜਾਂ ਕੰਸਰਟ ਦੇ ਵਿੱਚ ਜਾਣਾ ਜਾਂ ਤੁਸੀਂ ਟ੍ਰੇਨ ਬੱਸ ਕੋਈ ਪਬਲਿਕ ਟਰਾਂਸਪੋਰਟ ਫੜਨਾ ਹੈ 뮤ਜ਼ੀਅਮ ਤੇ ਵਿੱਚ ਜਾਣਾ ਹੈ ਚਿੰਤਰੀ ਬਿਨੇਸਰੀ ਵਿੱਚ ਜਾਣਾ ਹੈ ਸਾਲੇ ਜੋਕੀ ਦੀ ਵਿੱਚ ਜਾਣਾ ਹੈ ਕਿੱਥੇ ਵੀ ਤੁਹਾਨੂੰ ਜਾਣਾ ਤੁਸੀਂ ਕੱਲ ਤੋਂ ਤੁਹਾਨੂੰ ਗ੍ਰੀਨ ਪਾਸ ਦਾ ਫਰਸਾ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਜਿਹੜਾ ਕਿ ਸੁਪਰ ਗ੍ਰੀਨ ਪਾਸ ਵੈਕਸੀ ਇਸ ਤੋਂ ਲਗਾਇਆ ਜਿਹੜੇ ਬੰਦੇ ਹੁਣ ਬਾਹਰੋਂ ਆਉਂਦੇ ਆ ਜਿਹੜੇ ਕਿ ਆਪਣੇ ਕੋਈਆਂ ਸਵਾਲ ਵੀ ਆਪਣੇ ਵੀਰਾਂ ਦਾ ਆਇਆ ਸੀਗਾ ਵੀਰੋਂ ਦਾ ਸ਼ਾਇਦ ਬੇਟਾ ਆਈ ਥਿੰਕ ਆਸਟ੍ਰੇਲੀਆ ਤੋਂ ਮੈਨੂੰ ਪੁੱਛਿਆ ਸੀ ਕਿਸੇ ਵੀ ਨਹੀਂ ਉੱਥੋਂ ਆਇਆ ਆ ਸਾਨੂੰ ਇਦਾਂ ਗ੍ਰੀਨ ਪਾਸ ਕਿਦਾਂ ਮਿਲੇਗਾ ਇੱਥੇ ਦਾ ਸੋਣਾ ਵਾਸਤੇ ਜਿਹੜੀ ਪ੍ਰੋਬਲਮ ਹੈ ਸੋਲਵ ਹੋ ਜਾਣੀ ਹੈ ਕੱਲ ਤੋਂ ਜਿਹੜੇ ਲੋਕ ਬਾਹਰੋਂ ਕਿਸੇ ਵੀ ਸਟੇਟ ਤੋਂ ਇਟਲੀ ਵਿੱਚ ਆਉਣਗੇ ਉਹ ਕਿਸੇ ਹੋਟਲ ਵਿੱਚ ਰਹਿਣਾ ਹੈ ਜਾਂ ਉਹਨੇ ਕੁਝ ਕੋਈ سپورਟ ਇਵੈਂਟ ਕਰਨਾ ਹੈ ਜਾਂ ਕਿਸੇ ਵੀ ਪਾਸੇ ਜਾਣਾ ਚਾਹੁੰਦੇ ਨੇ ਜੇਕਰ ਜੇਕਰ ਤਾਂ ਉਹ ਠੀਕ ਹੋਏ ਆ ਕੋਵਿਡ ਤੋਂ ਤੇ ਫਿਰ ਕੋਈ ਪ੍ਰੋਬਲਮ ਨਹੀਂ ਜੇਕਰ ਉਹਨਾਂ ਦੇ ਵੈਕਸੀਨ ਜਿਹੜਾ ਕਿਟਲੀ ਵਿੱਚ ਜਿਹੜਾ ਵੈਕਸੀਨ ਨੂੰ ਮੰਨਤ ਦਿੱਤੀ ਜਾਵੇ ਫੋਰ ਐਗਜ਼ੈਂਪਲ ਆਸਟੋਜ਼ਨਿਕਾ ਜਾਂ ਫਾਈਜ਼ਰ ਆ ਤੇ ਉਹ ਵੈਕਸੀਨ ਲੱਗੇ ਨੂੰ 6 ਮਹੀਨੇ ਤੋਂ ਵੱਧ ਟਾਈਮ ਹੋਣਾ ਤਾਂ ਹੋ ਚੁੱਕਾ ਆ ਫਿਰ ਉਹਨਾਂ ਨੂੰ ਕੋਈ ਕਵਰ ਹੋਣ ਦੀ ਲੋੜ ਨਹੀਂ ਉਹਨਾਂ ਦਾ ਜਿਹੜਾ ਉਹ ਐਕਟੀਵਿਟੀ ਇੱਕ ਹਿਸਾਬ ਦੇ ਜਿਹੜੇ ਵੈਕਸੀਨ ਜਿਹੜਾ ਕਾਗਜ਼ ਹੈ ਉਹ ਮੰਨਿਆ ਜਾਊਗਾ ਗ੍ਰੀਨ ਪਾਸ ਉੱਪਰ ਗ੍ਰੀਨ ਪਾਸ ਦੇ ਵਾਂਗੂ ਤੇ ਉਹਨਾਂ ਨੂੰ ਇੱਕ ਸਿਰਫ ਟੈਸਟ ਕਰਾਉਣਾ ਪੈਣਾ ਆਪਣਾ ਅੰਤਿ ਜੈਣੀ ਕੋਈ ਜਿਹੜਾ ਹੁੰਦਾ ਆ ਜਾਂ ਮੋਲੀਕੂਲਰ ਇਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਵੈਕਸੀਨੇਸ਼ਨ ਹੋਰ ਕੋਈ ਲਗਵਾਈ ਹੈ ਜਿਹੜੀ ਕਿਟਲੀ ਵਿੱਚ ਵੈਲਿਡ ਨਹੀਂ ਮੰਨਦੇ ਜੀ ਨੂੰ ਉਹ ਟੈਸਟ ਜਿਹੜੇ ਕਰਾਉਣੇ ਪੈਣੇ ਤਾਂ ਪੂਨੀ ਕਰਾਉਣੇ ਪੈਣੇ ਆ। ਇਸ ਤੋਂ ਇਲਾਵਾ ਗੱਲ ਕਰੀਏ ਸਕੂਲਾਂ ਬਾਰੇ ਜਿਹੜਾ ਸਕੂਲਾਂ ਦਾ ਜਿਹੜਾ ਕੁਆਰੰਟਾਈਨ ਹੈ ਇਹਨਾਂ ਨੂੰ ਲੈ ਕੇ ਗਵਰਨਮੈਂਟ ਨੇ ਜਿਹੜੇ ਨਵੇਂ ਰੂਲ ਜਾਰੀ ਕੀਤੇ ਉਹ ਵੀ ਦੱਸਿਆ ਵੀ ਜਿਹੜਾ ਕੁਆਰੰਟਾਈਨ ਦਾ ਪੀਰੀਅਡ ਜਿਹੜਾ ਹੈ ਜੀ ਹੁਣ 5 ਦਿਨਾਂ ਦਾ ਕਰ ਦਿੱਤਾ ਗਿਆ ਹੈ ਸਕੂਲਾਂ ਦੇ ਵਾਸਤੇ। ਤੇ ਜੇ ਉਸ ਤੋਂ 5 ਦਿਨਾਂ ਤੋਂ ਬਾਅਦ ਬੱਚੇ ਨੂੰ ਆਪਣਾ ਟੈਸਟ ਕਰਾਉਣਾ ਪਊਗਾ ਜੇਕਰ ਉਹ ਨੈਗੇਟਿਵ ਆਉਂਦਾ ਹੈ ਤੇ ਆਪਣੀ ਕੁਆਰੰਟਾਈਨ ਨੂੰ ਬੱਚੇ ਖਤਮ ਕਰ ਸਕਦੇ ਆ। ਤੇ ਜਿਹੜੇ ਨਵੇਂ ਰੂਲ ਨੇ ਸਾਬ ਦੇ ਨਾਲ ਬੜੇ ਉਹ ਕੋਸ਼ਿਸ਼ ਕਰ ਰਹੀ ਸਰਕਾਰ ਵੀ ਬੱਚੇ ਆਪਣੇ ਪ੍ਰੈਜ਼ੈਂਸਾ ਦੇ ਵਿੱਚ ਰ ਤੇਰੇ ਵਿੱਚ ਜਿਹੜੇ ਬੱਚਿਆਂ ਦੀ ਹੁਣ ਜਿਹੜੇ ਕੇਸਿਸ ਇੱਕ ਕਲਾਸ ਦੇ ਵਿੱਚ ਜੇਕਰ ਚਾਰ ਕੇਸ ਹੁੰਦੇ ਆ ਤੇ ਬੱਚੇ ਫਿਰ ਵੀ ਕਲਾਸ ਦੇ ਵਿੱਚ رہ ਸਕਦੇ ਆ ਜੇਕਰ ਪੰਜ ਕੇਸ ਹੋਣਗੇ ਫਿਰ ਜਿਹੜੇ ਆ ਬੱਚੇ ਨੂੰ ਕੁਆਰੰਟਾਈਨ ਹੁਣ ਕੀਤਾ ਜਾਵੇਗਾ ਇਸ ਤੋਂ ਇਲਾਵਾ ਵੱਡੀ ਗੱਲ ਇਹ ਵੀ ਹੈ ਵੀ ਫੋਰ ਇਗਜ਼ਾਮਪਲ ਜੇਕਰ ਹੁਣ ਪਰਸੋਂ ਦੀ ਜੇਕਰ ਗੱਲ ਕਰੀਏ ਜਾਂ ਕੱਲ ਦੀ ਗੱਲ ਕਰੀਏ ਕੱਲ ਨੂੰ ਕਿਸੇ ਸਕੂਲ ਦੇ ਵਿੱਚ ਕੋਈ ਬੱਚੇ ਆ ਜੇਕਰ ਕੁਆਰੰਟਾਈਨ ਹੋਈ ਹੈ ਕਲਾਸ ਤੇ ਉਹਨਾਂ ਦੇ ਕਲਾਸ ਦੇ ਵਿੱਚ ਚਾਰ ਤੋਂ ਕੇ ਚਾਰ ਕੇਸ ਆ ਜਾਂ ਚਾਰ ਤੋਂ ਘੱਟ ਕੇਸ ਆ ਤੇ ਕਲਾਸ ਨੂੰ ਕੁਆਰੰਟਾਈਨ ਆ ਕੱਲ ਤੋਂ ਜਿਹੜੇ ਰੂਲ ਚੇਂਜ ਹੈ ਕੱਲ ਨੂੰ 7 ਤਰੀਕ ਹੈ ਜੇਕਰ ਕੋਈ ਕਲਾਸਾਂ ਕਵਾਰੰਟਾਈਨ ਹੋਈਆਂ ਆ ਉਹਨਾਂ ਦੀ ਕਲਾਸ ਦੇ ਵਿੱਚ ਤਿੰਨ ਕੇਸ ਆ ਫੋਰ ਐਗਜ਼ਾਮਪਲ ਤੇ ਕੱਲ ਤੋਂ ਜਿਹੜੀਆਂ ਕਲਾਸਾਂ ਆ ਸਕੂਲ ਦੇ ਵਿੱਚ ਵਾਪਸ ਜਾਣਗੀਆਂ ਪਰ ਉਹਨਾਂ ਨੂੰ ਆਪਣੇ ਐਫਐਫਪੀ 2 ਜਿਹੜੇ ਮਾਸਕ ਆ ਉਹ ਪਾਉਣੇ ਪੈਣੇ ਆ ਕਲਾਸਿਸ ਵਾਪਸ ਜਿਹੜੀਆਂ ਕੱਲ ਤੋਂ ਕਰ ਦੋਤੀਆਂ ਜਿਹੜੀਆਂ ਸਕੂਲਾਂ ਦੇ ਵਿੱਚ ਇਸ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਅਪਡੇਟ ਆਈ ਆ ਰੈਡ ਜ਼ੋਨ ਨੂੰ ਲੈ ਕੇ ਜਿਹੜਾ ਨਵਾਂ ਡਿਕਰੀ ਤੋਂ ਜਿਹੜਾ ਤਾਂ ਦੱਸ ਰਹੇ ਆ ਤੁਹਾਨੂੰ ਇਹਦੇ ਵਿੱਚ ਹੁਣ ਸਰਕਾਰ ਨੇ ਉਹਨਾਂ ਲੋਕਾਂ ਦੇ ਵਾਸਤੇ ਰੂਲ ਜਿਹੜੇ ਆ ਖਤਮ ਕਰ ਦਿੱਤੇ ਆ ਜਿਹਨਾਂ ਲੋਕਾਂ ਨੇ ਵੈਕਸੀਨ ਲੱਗਾ ਫੋਰ ਐਗਜ਼ਾਮਪਲ ਦੇ ਤੌਰ ਤੇ ਜੇਕਰ ਤੁਹਾਡੇ ਵੈਕਸੀਨ ਤਾਰੇ ਕੋ ਸੁਪਰ ਗ੍ਰੀਨ ਪਾਸ ਆ ਤੁਹਾਡਾ ਜਿਹੜਾ ਜ਼ੋਨ ਆ ਉਹ ਰੈੱਡ ਜ਼ੋਨ ਦੇ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਕੱਲ ਨੂੰ ਤੇ ਤੁਹਾਨੂੰ ਕੋਈ ਫਾਲੋਅ ਅਪ ਕਰਨ ਦੀ ਲੋੜ ਨਹੀਂ ਹੈਗੀ ਰੂਲ ਤੁਹਾਡੇ ਵਾਸਤੇ ਰੂਲ ਨਹੀਂ ਲਾਗੂ ਹੋਣੇ ਉਹ ਤੁਸੀਂ ਖੁੱਲੇ ਆ ਇਹ ਰੂਲ ਉਹਨਾਂ ਵਾਸਤੇ ਲਾਗੂ ਹੋਣੇ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਲੱਗਾ ਸੋ ਇਹ ਜਿਹੜੀ ਬਹੁਤ ਵੱਡੀ ਜਿਹੜੀ ਗੁੱਡ ਨਿਊਜ਼ ਆ ਜਿਨ੍ਹਾਂ ਨੇ ਵੈਕਸੀਨ ਲਗਵਾਈ ਆ ਇਸ ਤੋਂ ਇਲਾਵਾ 11 ਫਰਵਰੀ ਤੋਂ ਜਿਹੜਾ ਜਿਹੜੇ ਮਾਸਕ ਆ ਜੀ ਅਪਰ ਤੋਂ ਦੇ ਵਿੱਚ ਉਹ Obligatory ਨਹੀਂ ਰਹਿਣੇ ਤੁਸੀਂ ਸਿਰਫ ਆਪਣੇ ਅੰਦਰ ਹੀ ਬੰਦ ਜਗ੍ਹਾ ਦੇ ਉੱਤੇ ਪਾਉਣਾ ਜਿੱਦਾਂ ਡਿਸਟੈਂਸ ਨਾ ਰੱਖ ਹੋਵੇ ਇਸ ਤੋਂ ਇਲਾਵਾ ਜੀ ਇੱਕ ਹੋਰ ਚੀਜ਼ ਤੁਹਾਨੂੰ ਦੱਸਤੀ ਇਹ 15 ਫਰਵਰੀ ਜਿਹੜੀ ਡੇਟ ਹੈ ਨੋਟ ਕਰ ਲਓ 15 ਫਰਵਰੀ ਨੂੰ ਉਬਲੀਗੋ ਵਾਚੀਨ ਨਾਲ ਜਿਹੜਾ ਆ ਉਹ ਲੋਕਾਂ ਦੀ ਚੈਕਿੰਗ ਹੋਣੀ ਆ 15 ਫਰਵਰੀ ਤੋਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਉੱਤੇ ਆ ਉਹਨਾਂ ਦੀ ਜਿਹੜੀ ਚੈਕਿੰਗ ਕੀਤੀ ਜਾਣੀ ਆ ਕੰਮਾਂ ਦੇ ਉੱਤੇ ਵੀ ਉਹਨਾਂ ਨੇ ਆਪਣੀ ਪਹਿਲੀ ਡੋਜ਼ ਵੈਕਸੀਨ ਨਹੀਂ ਲਗਵਾਈ ਜਾਂ ਨਹੀਂ ਲਗਵਾਈ ਦੇ ਕੇ ਤੁਸੀਂ ਚੈਕਿੰਗ ਤੁਹਾਡੀ ਹੋ ਗਈ ਤੁਹਾਡੇ ਕੋਲ ਵੈਕਸੀਨ ਨਾ ਮਿਲਿਆ ਤੇ ਤੁਹਾਨੂੰ ਜਿਹੜੀ ਆ 100 ਯੂਰੋ ਦਾ ਜਿਹੜਾ ਜੁਰਮਾਨਾ ਹੋਣਾ ਆ ਇਸ ਤੋਂ ਇਲਾਵਾ ਤੁਹਾਨੂੰ ਕੰਮ ਤੋਂ ਸਸਪੈਂਡ ਵੀ ਕਰ ਸਕਦੇ ਆ ਬਿਨਾ ਰਿਟਰੀਬਿਊਟ ਸਿਓਨੇ ਤੋਂ ਤੇ ਤੁਹਾਨੂੰ ਜਿਹੜਾ ਜੁਰਮਾਨਾ ਆ 600 ਤੋਂ ਲੈ ਕੇ 1500 ਜੁਰਮਾਨਾ ਕੀਤਾ ਜਾਵੇਗਾ ਜੇਕਰ ਜਿਹੜਾ ਕੰਟਰੋਲਰ ਜਿਹੜਾ ਹੁੰਦਾ ਉਹ ਨਾ ਚੈੱਕ ਕਰੇ ਤੇ ਉਹਨੂੰ 400 ਤੋਂ ਲੈ ਕੇ 1000 ਜੁਰਮਾਨਾ ਕੀਤਾ ਜਾਣਾ 31 ਮਾਰਚ ਨੂੰ ਜਿਹੜੀ ਸਟੇਟ ਆਫ ਇਮਰਜੈਂਸੀ ਹੈ ਇਹਨੂੰ ਖਤਮ ਕਰ ਦਿੱਤੀ ਜਾਣੀ ਹੈ ਤੇ 15 ਜੂਨ ਨੂੰ ਫਿਰ ਇਹ Obligatory vaccine ਨਾਲੇ ਇਹਦਾ ਮਤਲਬ ਇਹ ਆ 15 ਜੂਨ ਤੋਂ ਜਿਹੜੇ ਆ ਜੇ ਵੈਕਸੀਨ ਜਿਹੜਾ ਆ Obligatory ਨਹੀਂ ਰਹਿਣਾ ਇਟਲੀ ਵਿੱਚ ਆਪਣੀ ਮਰਜ਼ੀ ਆ ਕਿ ਵੈਕਸੀਨ ਲਵਾਉਣੇ ਲਗਵਾਓ ਨਹੀਂ ਲਗਵਾਉਣੇ ਨਾ ਲਗਵਾਓ ਸੂਏ ਜਿਹੜਾ ਸਾਰਾ ਦੇਖ ਰਿਓ ਜਿਹੜਾ ਤੁਹਾਨੂੰ ਆਪੋ ਦੱਸਿਆ ਹੈ ਜੀ ਇਹ ਬਹੁਤ ਵੱਡਾ ਦੇਖ ਰਿਓ ਸਰਕਾਰ ਨੇ ਵੱਡੇ ਫੈਂਸਲੇ ਦੇ ਵਿੱਚ ਲਏ ਆ ਤੇ ਕੱਲ ਨੂੰ 7 ਤਰੀਕ ਐ ਕੱਲ ਤੋਂ ਜਿਹੜੇ ਦੇਖ ਰਿਓ ਇਹ ਲਾਗੂ ਕਰ ਦਿੱਤਾ ਜਾਣਾ ਇਟਲੀ ਦੇ ਵਿੱਚ ਇਸ ਤੋਂ ਬਾਅਦ ਗੱਲ ਕਰਦੇ ਆਂ ਅਗਲੀ ਅਪਡੇਟ ਦੀ 17 ਸਾਲ ਦੀ ਲੜਕੀ ਦੇ ਨਾਲ ਅੱਜ ਇੱਕ ਹਾਦਸਾ ਹੋਇਆ ਪਾਦੋਵਾ ਦੇ ਵਿੱਚ 17 ਸਾਲ ਦੀ ਲੜਕੀ ਸੀਗੀ ਤੇ ਰਾਤ ਨੂੰ ਉਦੀ ਰਾਤ ਨੂੰ ਹੀ ਡਰਾਈਵ ਕਰ ਰਹੀ ਸੀ ਕਾਰ ਤੇ ਕਾਰ ਦਾ ਜਿਹੜਾ ਐਕਸੀਡੈਂਟ ਹੋਇਆ ਤੇ ਇਸ ਲੜਕੀ ਦੀ ਜਿਹੜੀ ਆ ਮੌਤ ਹੋ ਗਈ ਆ ਇਸ ਤੋਂ ਬਾਅਦ ਗੱਲ ਕਰਦੇ ਆਂ ਜੇ ਇੱਕ ਹੋਰ ਵੱਡੀ ਅਪਡੇਟ ਦੀ ਟਸਕਾਨਾ ਦੇ ਵਿੱਚ ਅੱਜ ਜਿਹੜਾ ਆ ਪਹਚ ਮੇਨ ਲਾਕਾ ਜਿਹੜਾ ਭਚਾਲਦਾ ਹੈਗਾ ਹੈ ਜੀ ਜਿਹੜਾ ਜ਼ੋਨਾ ਦੀ ਵਾਇਰ ਰੇਜੋ ਪੈਂਦਾ ਆ ਜਿਹੜਾ ਕਿ ਪ੍ਰਵਿੰਚਾ ਦੀ ਲੂਕਾ ਦੇ ਵਿੱਚ ਪੈਂਦਾ ਤੇ ਇਹ 3.8 ਮੈਗਨੀਟਿਊਡ ਦਾ ਜਿਹੜਾ ਭਚਾਲ ਦੇ ਜਿਹੜੇ ਆ ਝਟਕੇ ਲੱਗੇ ਆ ਤੇ 8 ਕਿਲੋਮੀਟਰ ਦੀ ਜਿਹੜੀ ਇਹਦੀ ਪਰਫੁੰਦੀਤਾ ਜਿਹੜੀ ਆ ਦੱਸੀ ਜਾ ਰਹੀ ਆ ਭਚਾਲ ਦੀ ਕਿਸੇ ਵੀ ਚੀਜ਼ ਦਾ ਜਾਂ ਕਿਸੇ ਵੀ ਬੰਦੇ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੇ ਅਗਲੀ ਅਪਡੇਟ ਦੀ ਇੱਕ ਨਵੀਂ ਅਪਡੇਟ ਆਈ ਆ ਵੈਕਸੀਨ ਦੀ ਜਿਹੜੀ ਕੰਪਨੀਆਂਜ਼ ਦੇ ਮੋਡਰਨਾ ਤੇ ਫੁਆਇਜ਼ ਇਹਨਾਂ ਦੇ ਵੱਲੋਂ ਇਹਨਾਂ ਨੇ ਇੱਕ ਨਵਾਂ ਵੈਕਸੀਨ ਤਿਆਰ ਕਰ ਰਹੇ ਸੀਗੇ ਓਮੀਕਰੋ ਪਰ ਹੁਣ ਇੱਕ ਜਿਹੜੀ ਨਵੀਂ ਇਨਫੋਰਮੇਸ਼ਨ ਦਿੱਤੀ ਹੈ ਉਹ ਕਹਿ ਰਿਹਾ ਵੀ ਹੋ ਸਕਦਾ ਸਾਨੂੰ ਜਿਹੜਾ ਨਵਾਂ ਵੈਕਸੀਨ ਜਿਹੜਾ ਅਸੀਂ ਤਿਆਰ ਕੀਤਾ ਆ ਇਹਦੀ ਲੋੜ ਨਾ ਪਵੇ ਦੁਨੀਆ ਨੂੰ ਕਿਉਂਕਿ ਜਿਹੜੇ ਨਾਰਮਲ ਹੀ ਵੈਕਸੀਨ ਜਿਹੜੇ ਹੈਗੇ ਆ ਉਹ ਕੰਮ ਕਰਨ ਲੱਗ ਗਏ ਓਮੀਕਰੋਨ ਦੇ ਉੱਤੇ ਕਾਫੀ ਲੋਕਾਂ ਨੂੰ ਫਰਕ ਪੈਣ ਲੱਗ ਗਿਆ ਜਿਹਦੇ ਕਰਕੇ ਸਾਨੂੰ ਇਹ ਉਮੀਦ ਹੈ ਵੀ ਸਾਨੂੰ ਨਵਾਂ ਵੈਕਸੀਨ ਬਣਾਉਣ ਦੀ ਕੋਈ ਲੋੜ ਨਹੀਂ ਗਈ ਇਸ ਤੋਂ ਬਾਅਦ ਗੱਲ ਕਰਦੇ ਆ ਜਰਮਨੀ ਦੀ ਪਿਛਲੇ 24 ਘੰਟਿਆਂ ਦੇ ਵਿੱਚ 172 ਲੋਕਾਂ ਦੀ ਜਾਨ ਗਈ ਤੇ 2,17,000 ਜਿਹੜਾ ਕੇਸ ਹੈ ਉੱਥੇ ਨਵਾਂ ਆਇਆ ਆ ਇਸ ਤੋਂ ਬਾਅਦ ਗੱਲ ਕਰਦੇ ਆਂ ਜੀ ਇੱਕ ਹੋਰ ਅਪਡੇਟ ਦੀ ਬ੍ਰਿਟਿਸ਼ 에ਅਰਲਾਈਨ ਦਾ ਜਿਹੜਾ ਇੱਕ ਜਹਾਜ਼ ਸੀਗਾ ਅੱਜ ਜਿਹੜਾ ਕਿ ਅੱਜ ਕ੍ਰੈਸ਼ ਹੋਣ ਤੋਂ ਬਚਿਆ ਇਹ ਜਿਹੜਾ ਹੀਥਰੋ 에ਅਰਪੋਰਟ ਤੇ ਸਾਰੀ ਜਿਹੜੀ ਕੱਢਣਾ ਵਾਪਰੀ ਆ ਪ੍ਰੋਬਲਮ ਇਹ ਸੀਗੀ ਵੀ ਜਦੋਂ ਜਹਾਜ਼ ਉਹਨੇ ਲੈਂਡਿੰਗ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੀ ਹਵਾਵਾਂ ਸੀਗੀਆਂ ਬਹੁਤ ਜ਼ਿਆਦਾ ਤੇਜ਼ ਸੀਗੀਆਂ ਜਹਾਜ਼ ਜਦੋਂ ਉਹਨੇ ਡਾਊਨ ਲੈ ਕੇ ਆਏ ਆ ਤੇ ਜਹਾਜ਼ ਦੇ ਜਿਹੜੇ ਦੋ ਟਾਇਰ ਸੀ ਉਹ ਥੱਲੇ ਲੱਗੇ ਆ ਤੇ ਜਿਹੜੀ ਜਹਾਜ਼ ਦੀ ਟੇਲ ਹੁੰਦੀ ਆ ਜਿਹੜੀ ਜਹਾਜ਼ ਦੀ ਪਿਛਲਾ ਬੈਕ ਸਾਈਡ ਹੁੰਦੀ ਆ ਉਹ ਜ਼ਮੀਨ ਦੇ ਨਾਲ ਟੱਚ ਹੋ ਕੇ ਕੁਝ ਚੰਗਿਆੜੇ ਵੀ ਨਿਕਲੇ ਜੇਕਰ ਪਰ ਪਾਇਲਟ ਨੇ ਕਾਫੀ ਜੜੀ ਹੈ ਸਮਝਦਾਰੀ ਵਰਤੀ ਹੈ ਤੇ ਉਹਨੇ ਦੁਬਾਰਾ ਫੇਰੇ ਉਸੇ ਤਰ੍ਹਾਂ ਜਿੱਦਾਂ ਆਇਆ ਤੇ ਉਸੇ ਤਰ੍ਹਾਂ ਦੁਬਾਰਾ ਫਿਰ ਜਹਾਜ਼ ਦਾ ਲਾਇਆ ਉਡਾਨ ਭਰ ਲਈ ਜਿਹਦੇ ਕਰਕੇ ਜਹਾਜ਼ ਦਾ ਬਚਾਅ ਹੋ ਗਿਆ ਜਿਹਦੇ ਅੰਦਰ ਪੈਸੇਂਜਰ ਸਗੇ ਉਹਨਾਂ ਦਾ ਬਚਾਅ ਹੋ ਗਿਆ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੇ ਇੱਕ ਹੋਰ ਅਪਡੇਟ ਦੀ ਅੱਜ ਐਕਸੀਡੈਂਟ ਹੋਇਆ ਹੈਗਾ ਕਾਤਨਜ਼ਾਰੋ ਦੇ ਵਿੱਚ ਜਿਹਦੇ ਵਿੱਚ ਕੋਈ ਪ੍ਰਾਈਓ ਦੀ ਮੌਤ ਹੋ ਗਈ ਕੰਚੈਲੋ ਦੇ ਵਿੱਚ ਜਿਹੜਾ ਆ ਗਿਆ ਦੱਬਿਆ ਗਿਆ ਗੇਟ ਦੇ ਵਿੱਚ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਤੇ ਇਸ ਤੋਂ ਬਾਅਦ ਇੱਕ ਹੋਰ ਅਪਡੇਟ ਆ ਰਹੀ ਹੈ ਅਨਾ ਮਰੀਆ ਨਾਮ ਦੀ ਇੱਕ ਲੜਕੀ ਇੱਕ ਔਰਤ ਸੀ ਜਿਨ੍ਹਾਂ ਦੀ ਉਮਰ 54 ਸਾਲ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਤੇ ਉਹਨਾਂ ਦਾ ਜਿਹੜਾ ਇਲਾਕਾ ਸੀਗਾ ਜੀ ਪਾਰ ਮੈਂਸੇ ਦੇ ਇਲਾਕਾ ਸੀਗਾ ਇਹਦੇ ਵਿੱਚ ਉਹਨਦੀ ਜਾਨ ਗਈ ਇਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਆਸਟਰੀਆ ਦੀ ਆਸਟਰੀਆ ਦੇ ਵਿੱਚ ਕਈ ਲੋਕ ਜਿਹੜੇ ਹੈ ਜੀ ਪਹਾੜਾਂ ਦੇ ਉੱਤੇ ਸਕੇਟਿੰਗ ਵਰਗਾ ਜਿਹੜਾ ਕਰਨ ਗਏ ਸੀ ਤੇ ਇੱਕ ਉੱਥੇ ਹਾਦਸਾ ਹੋ ਗਿਆ ਜਿਹਦੇ ਕਰਕੇ ਪੰਜ ਲੋਕਾਂ ਦੀ ਜਿਹੜੀ ਹੈ ਤਿਰੋਲੋ ਦੇ ਵਿੱਚ ਮੌਤ ਹੋ ਗਈ ਤੁਬਾਕੇ ਵੀਰੂ ਵੇਸ ਜੀ ਨੇ ਆਪਣੀ ਅੱਜ ਦੀ ਨਵੀਂ ਅਪਡੇਟ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਵੇਗੀ ਜੇ ਪਸੰਦ ਆਈ ਤੇ ਇੱਕ ਲਾਈਕ ਜਰੂਰ ਕਰ ਜਿਓ ਤੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰ ਲਿਓ ਤੁਹਾਡੀ ਸਾਨੂੰ ਸਪੋਰਟ ਦੀ ਲੋੜ ਆ ਤੇ ਬਾਕੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ੍ਹ ਦੀ ਅਪਡੇਟ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ